ਸਿੰਘ ਧਾਲੀਵਾਲ ਸਾਹਿਬ ਖਰੀਦ ਅਸੀਂ ਕੱਲ੍ਹ ਵੀ ਸਟਾਰਟ ਕਰੀ, ਅੱਜ ਮੰਡੀ ਦਾ ਮੁਆਇਨਾ ਕਰਨਾ ਹੈ ਅਸੀਂ ਕਿ ਸਾਡੇ ਕਿਸਾਨ ਵੀਰਾਂ ਨੂੰ ਇਹ ਆੜ੍ਹਤੀਆਂ ਨੂੰ ਇਹ ਸੈਲਰ ਮਾਲਕਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ। ਮੈਨੂੰ ਖੁਸ਼ੀ ਹੋਈ ਇਸ ਗੱਲ ਦੀ ਕਿ ਸਾਡੇ ਸੈਲਰ ਮਾਲਕ ਨੇ ਜਿਹੜੇ ਉਹਨਾਂ ਨੇ ਆਪਣੀਆਂ ਮੰਗਾਂ ਦਿੱਤੀਆਂ, ਆੜ੍ਹਤੀਆਂ ਨੇ ਮੰਗਾਂ ਦਿੱਤੀਆਂ ਅਤੇ ਨਾਲ ਦੀ ਨਾਲ ਨਿਪਟਾਰਾ ਹੋਇਆ। ਦੇਖੋ ਬਹੁਤ ਵੱਡੀ ਗੱਲ ਹੈ ਕਿ ਸਾਡਾ ਇੱਥੇ ਜਿਹੜੇ ਆੜ੍ਹਤੀ ਭਾਈ ਸੀ ਸਾਡੇ, ਉਹ ਕਹਿਣ ਲੱਗੇ ਕਿ 9 ਏਕੜ ਤੁਹਾਡਾ ਖੱਡਾ ਖਾਲੀ ਪਿਆ, ਉੱਥੇ ਫੜ ਬਣਾਓ। ਤਾਂ ਉਹਨਾਂ ਨੇ ਮੌਕੇ 'ਤੇ ਕਹਿਤਾ ਕਿ ਅਸੀਂ ਇਹ ਫੜ ਬਣਾਵਾਂਗੇ। ਨਾਲ ਦੀ ਨਾਲ ਉਹਨਾਂ ਨੇ ਡਿਊਟੀ ਅਫਸਰਾਂ ਦੀ ਲਾਤੀ। ਇਹ ਤੋਂ ਵਧੀਆ ਕੁਇਕ ਜਿਹੜਾ ਐਕਸ਼ਨ ਨਹੀਂ ਹੋ ਸਕਦਾ। ਸੋ ਇਹ ਆਮ ਆਦਮੀ ਪਾਰਟੀ ਸਰਕਾਰ, ਆਮ ਲੋਕਾਂ ਦੀ ਸਰਕਾਰ ਆ, ਲੋਕਾਂ ਦੇ ਹਿੱਤ ਵਿੱਚ ਫੈਸਲੇ ਹੁੰਦੇ ਨੇ, ਮੌਕੇ 'ਤੇ ਫੈਸਲੇ ਹੁੰਦੇ ਨੇ। ਅਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਮੁਖੀ ਸਰਦਾਰ ਭਵਨ ਸਿੰਘ ਮਾਨ ਹੈ, ਉਹਨਾਂ ਦੇ ਦਿਸ਼ਾ ਨਿਰਦੇਸ਼ 'ਚ ਜਿਹੜੇ ਕੰਮ ਹੈ ਬੜੀ ਤੇਜ਼ੀ ਨਾਲ ਹੋ ਰਹੇ ਆ, ਲੋਕ ਖੁਸ਼ੀ ਮਹਿਸੂਸ ਕਰ ਰਹੇ ਨੇ। ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਸਾਡਾ ਪਹਿਲਾ ਕਿਸਾਨ ਜੀ ਦੀ ਬੋਲੀ ਹੋਈ, 4 ਘੰਟੇ 'ਚ ਉਹਦੇ ਅਕਾਊਂਟ 'ਚ ਪੈਸੇ ਆ ਗਏ। ਇਹ ਤੋਂ ਵਧੀਆ ਪਾਰਦਰਸ਼ੀ ਹੋਰ ਕੋਈ ਕੰਮ ਨਹੀਂ ਹੋ ਸਕਦਾ। ਮੰਤਰੀ ਜੀ ਆਏ, ਸਾਡੇ ਕੁਲਦੀਪ ਸਿੰਘ ਧਾਲੀਵਾਲ ਜੀ, ਉਹਨਾਂ ਦਾ ਧੰਨਵਾਦ ਵੀ ਕਰਿਆ ਜੀ। ਐਂ ਵੀ ਆਖਿਆ ਸਾਡੀਆਂ 3-4 ਮੰਗਾਂ ਸੀ ਸ਼ੈਲਰ ਵਾਲਾਂ ਦੀਆਂ, ਵਿੱਚ ਆੜ੍ਹਤੀ ਦੀਆਂ। ਸਾਡੇ ਸਰਹੰਦ ਮੰਡੀ 'ਚ 9 ਏਕੜ ਜਗ੍ਹਾ ਵਿਹਲੀ ਪਈ ਆ, ਸੀ ਕਿ ਵੀ ਇੱਕ ਜੇ ਸਾਡੇ ਫੜ ਹੋਰ ਬਣ ਜਾਵੇ ਸਾਰੀ ਮੰਡੀ ਦਾ ਕਰੂਗਾ, ਹੁਣ ਜਿਹੜੇ ਫੜਾਂ ਦੀ ਸਾਡੇ 'ਚ ਘਾਟ ਆ। ਇਸ ਤਰ੍ਹਾਂ ਜਿਹੜੇ ਮਾਰਕਫੜ ਦਾ ਸ਼ੈਲਰ ਦਾ ਚੱਲਦਾ ਸੀ, ਉਹ ਵੀ ਮੰਤਰੀ ਮੰਡੀ ਸਾਹਿਬ ਨੇ ਮਸਲਾ ਹੱਲ ਕਰਾਇਆ, ਜਿਹੜੇ ਹੋਰ ਮਸਲੇ ਤੇ ਮੌਕੇ ਤੋਂ ਹੱਲ ਕਰਾ ਗਏ। ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ, ਨਾਲ ਸਾਡੇ ਐਮ ਐਲ ਏ ਲਖਵੀਰ ਰਾਜ ਜੀ ਦਾ, ਜਿਨ੍ਹਾਂ ਨੂੰ ਅਸੀਂ ਸਾਰੀ ਗਵਾਹੀ 'ਚ ਮੰਗ ਪੱਤਰ। ਕਿਹਨਾਂ ਵੱਲੋਂ ਦਿੱਤਾ ਗਿਆ ਸੀ ਇਹ ਮੰਗ ਪੱਤਰ? ਇਹ ਆੜ੍ਹਤੀਆਂ ਅਤੇ ਸ਼ੈਲਰਾਂ ਕਮੇਟੀ ਦਿੱਤਾ। ਝੋਨੇ ਦੀ ਖਰੀਦ ਸ਼ੁਰੂ ਹੋਈ ਆ ਅਤੇ ਮੈਂ ਐਜ ਖੇਤੀਬਾੜੀ ਮੰਤਰੀ ਪੰਜਾਬ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਡਿਊਟੀ ਲਾਈ ਹੈ, ਉਹਦੇ ਲਈ ਮੈਂ ਮੰਡੀਆਂ ਦੇ ਵਿੱਚ ਪਰਸੋਂ ਵੀ ਉਹਦਾ ਦਿਨ ਮੰਡੀਆਂ 'ਚ ਸੀ ਅਤੇ ਅੱਜ ਵੀ ਹੁਣ ਸਾਡੇ ਤੋਂ ਸਰਹੰਦ, ਮਲੋਹ, ਖੰਨਾ, ਮੋਗਾ ਇਹਨਾਂ ਸਾਰੀਆਂ ਮੰਡੀਆਂ ਦੇ ਵਿੱਚ ਜਾਣਾ, ਮੰਡੀਆਂ ਦੇ ਵਿੱਚ ਦੇਖ ਕੇ ਆਉਣਾ ਕਿ ਸਾਡੇ ਕਿਸਾਨਾਂ ਨੂੰ, ਸਾਡੇ ਆੜ੍ਹਤੀਆਂ ਨੂੰ, ਕਿਸੇ ਨੂੰ ਵੀ ਕਿਸੇ ਕਿਸਮ ਦੀ ਕੋਈ ਸਮੱਸਿਆ ਤਾਂ ਨਹੀਂ ਉੱਥੇ। ਜਿੱਥੇ ਕਿਤੇ ਸਮੱਸਿਆ ਹੋਊਗੀ ਉਹ ਸਮੱਸਿਆ ਦੂਰ ਕਰਾਂਗੇ। ਇਸ ਕਰਕੇ ਮੈਂ ਅੱਜ ਸਭ ਤੋਂ ਪਹਿਲਾਂ ਇੱਥੇ ਫਤਿਹਗੜ੍ਹ ਸਾਹਿਬ ਤੁਹਾਡੇ ਕੋਲ ਆਇਆ। ਉਹਦਾ ਮੈਨੂੰ ਇਹ ਪਹਿਲਾਂ MLA ਸਾਹਿਬ ਨੇ ਦੱਸਿਆ, ਸਾਡੇ MLA ਸਾਹਿਬ ਬਹੁਤ ਵਧੀਆ ਵਿਅਕਤੀ ਨੇ, ਇੱਥੇ ਠੀਕ ਹੈ ਇਹਨਾਂ ਦੇ ਪ੍ਰਬੰਧ ਵਗੈਰਾ, ਪਰ ਦੇਖ ਲੈਂਦੇ ਹਾਂ ਜੇ ਕੋਈ ਪ੍ਰੋਬਲਮ ਹੋਊਗੀ ਕਿਸਾਨਾਂ ਦੀ ਤਾਂ ਸਾਡੇ ਡਾਇਰੈਕਟਰ ਸਾਹਿਬ, ਸਾਡੇ ਸਾਰਾ ਮਹਿਕਮਾ ਵੀ ਨਾਲ ਆਇਆ, ਜਿੱਥੇ ਪ੍ਰੋਬਲਮ ਹੋਊਗੀ ਉੱਥੇ ਪ੍ਰੋਬਲਮ ਹੱਲ ਕਰਾਂਗੇ। ਅਸੀਂ ਆਪਣੇ ਵੱਲੋਂ ਸਰਕਾਰ ਨੇ ਪੂਰੀਆਂ ਤਿਆਰੀਆਂ ਮਤਲਬ ਜਿਹੜੀਆਂ ਉਹ ਝੋਨੇ ਦੀ ਖਰੀਦੀਆਂ ਜਿਹੜੀਆਂ ਕੀਤੀਆਂ, ਬਟ ਫਿਰ ਵੀ ਅਸੀਂ ਲਗਾਤਾਰ ਚੈੱਕ ਕਰਦੇ ਰਹਾਂਗੇ ਕਿ ਕਿਤੇ ਕੋਈ ਪ੍ਰੋਬਲਮ ਨਾ। ਇਸ ਕਰਕੇ ਮੈਂ ਚਾਹ ਉਹ ਕੋਈ ਝਗੜਾ ਨਹੀਂ ਕਰਾ ਦਿੰਦਾ, ਠੀਕ ਹੈ ਕੋਈ ਗੱਲ ਝਗੜਾ ਕਰਦਾ ਜਾਂ ਤੁਸੀਂ ਵੀ, ਤੁਸੀਂ ਮੀਡੀਆ ਵੀ ਸਾਡਾ, ਪੰਜਗਰੇ ਵਾਲੇ ਅਫਸਰ ਵੀ ਸਾਡੇ, ਗੈਰੀ ਸਾਡਾ MLA ਆ, ਜਾਂ ਕੋਈ ਨਹੀਂ ਬੈਠ ਕੇ ਕਰਾ ਦਾਂਗੇ। ਕੋਈ ਨਹੀਂ ਕੀਤੀ, ਫਿਰ ਕੀਤੀ ਆ ਤਾਂ ਉਹਨਾਂ ਨਾਲ ਮਿਲ ਕੇ ਕਰ ਲੈਂਦੇ ਹਾਂ, ਕੋਈ ਨਹੀਂ। ਪਿੰਡਗਰੇਨ ਦੇ ਅਧਿਕਾਰੀ ਆਪਣੇ ਹੀ ਆ, ਕੋਈ ਬਗਾਦੇ ਥੋੜ੍ਹੇ ਜਿਹਾ, ਅਸਾਂ ਦੇ ਅਧਿਕਾਰੀ ਉਹਨੇ ਗਏ, ਮਾਲਕਪੇਟ ਵਾਲੇ ਸਭ ਅਧਿਕਾਰੀ ਬੈਠੇ ਆ। ਜੇ ਕਿਤੇ ਥੋੜ੍ਹੀ ਬਹੁਤੀ ਹੋ ਜਾਂਦੀ ਕੰਮ ਕਰਦੇ ਆ, ਜੇ ਕਿਤੇ ਥੋੜ੍ਹਾ ਬਹੁਤਾ ਹੋ ਗਿਆ ਤਾਂ ਕੋਈ ਨਹੀਂ, ਠੀਕ ਰਹੇ। ਜਮਾਬੰਦੀ ਸੀ ਆ, ਬਾਅਦ ਮਹਿਕਮੇ ਦੇ ਪੇਪਰ ਹੁੰਦੇ ਦੇ ਦਾਂਗੇ, ਕੋਈ ਗੱਲ ਨਹੀਂ, ਉਹਨਾਂ ਦਾ ਅਧਿਕਾਰ ਹੈ। ਦੇਖੋ ਅਸੀਂ ਆਪਣਾ ਕੰਮ ਕਰ ਰਹੇ ਕਾਨੂੰਨੀ ਤੌਰ ਤੇ, ਜੇ ਕਿਸੇ ਨੂੰ ਕੋਈ ਆਬਜੈਕਸ਼ਨ ਲੱਗਦਾ ਤਾਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਅਧਿਕਾਰ ਹੈ, ਉਹ ਕੋਰਟ ਜਾਣ, ਆਪਾਂ ਮਾਨਯੋਗ ਕੋਰਟ ਦੇ ਵਿੱਚ ਜਵਾਬ ਦੇ ਦਾਂਗੇ, ਕੋਈ ਚੱਕਰ ਨਹੀਂ।